ਸ਼ਾਮੀ ਜੇ ਮਮਤਾ ਪਤਨੀ ਰਾਜੂ ਵਾਸੀ ਸੁਣ ਕਲੋਨੀ ਨੇ ਬਿਆਨ ਲਿਖਾਇਆ ਸੀ ਸਾਨੂੰ ਦਰਾਨੇ ਗਸਤ ਕਿ ਜਿਹੜਾ ਵਾ ਸੰਜੂ ਸਾਨੂੰ ਕੇਵਲ ਕ੍ਰਿਸ਼ਨ ਅਪਲਾਈ ਗੇਟ ਪਵਾੜੇ ਦਾ ਹੈਗਾ ਇਹ ਸਾਡੇ ਕੋਲ ਲੜਕੇ ਕੋਰੇ ਕੋ ਰਾਜੇ ਕੋ ਮੋਬਾਈਲ ਖੋ ਕੇ ਲੈ ਗਿਆ ਆਈਫੋਨ ਜਿਹੜਾ ਵਾ ਕਾਫੀ ਕੀਮਤੀ ਸੀ ਲੱਖ ਰੁਪਏ ਦਾ ਫੋਨ ਹੈ ਤਾਂ ਕਿਸ਼ਤਾਂ ਦਾ ਲੈ ਕੇ ਉਹਨੇ ਦਿੱਤਾ ਹੋਇਆ ਸੀ ਤਾਂ ਏਅਰਪੋਰਟ ਖੋ ਕੇ ਲੈ ਗਿਆ ਜੋ ਇਹਨੂੰ ਥੋੜ੍ਹੀ ਦੇਰ ਬਾਅਦ ਹੀ ਅਸੀਂ ਇਹਨੇ ਬੰਦੇ ਨੂੰ ਕਾਬੂ ਕਰਕੇ ਇੱਕ ਜਿਹੜਾ ਖੋ ਜਿਹਦਾ ਮੋਬਾਈਲ ਆ ਉਹ ਬਰਾਮਦ ਕਰਾਂ ਫਗਵਾੜਾ ਸ਼ਹਿਰ ਵਿਖੇ ਬੀਤੇ ਦਿਨੀ ਮਮਤਾ ਪਤਨੀ ਰਾਜੂ ਵਾਸੀ ਸੂਨ ਕਲੋਨੀ ਵੱਲੋਂ ਫਗਵਾੜਾ ਪੁਲਿਸ ਨੂੰ ਇੱਕ ਸ਼ਿਕਾਇਤ ਦਿੱਤੀ ਗਈ ਸੀ ਜਿਸ ਵਿੱਚ ਉਹਨਾਂ ਦੱਸਿਆ ਕਿ ਉਹਨਾਂ ਦੇ ਲੜਕੇ ਰਾਜੇ ਪਾਸੋਂ ਕੋਈ ਸੰਜੂ ਨਾਮ ਦਾ ਨੌਜਵਾਨ ਮੋਬਾਈਲ ਖੋਹ ਕੇ ਫਰਾਰ ਹੋ ਗਿਆ ਜਿਸ 'ਤੇ ਫਗਵਾੜਾ ਦੇ ਥਾਣਾ ਸਿਟੀ ਦੀ ਪੁਲਿਸ ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਮੋਬਾਈਲ ਫੋਨ ਖੋਹ ਕਰਨ ਵਾਲੇ ਨੌਜਵਾਨ ਨੂੰ ਮੋਬਾਈਲ ਸਮੇਤ ਗ੍ਰਿਫਤਾਰ ਕੀਤਾ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ASI ਦਰਸ਼ਨ ਸਿੰਘ ਭੱਟੀ ਨੇ ਦੱਸਿਆ ਕਿ ਉਹਨਾਂ ਨੂੰ ਮਮਤਾ ਵਾਸੀ ਸੂਨ ਕਲੋਨੀ ਵੱਲੋਂ ਸੂਚਨਾ ਦਿੱਤੀ ਸੀ ਕਿ ਉਹਨਾਂ ਦੇ ਲੜਕੇ ਪਾਸੋਂ ਇੱਕ ਮਹਿੰਗਾ ਮੋਬਾਈਲ ਆਈਫੋਨ ਖੋਹ ਹੋ ਗਿਆ ਹੈ ਜਿਸ 'ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੋਬਾਈਲ ਖੋਹ ਕਰਨ ਵਾਲੇ ਲੜਕੇ ਸੰਜੂ ਵਾਸੀ ਪਲਾਹੀ ਗੇਟ ਨੂੰ ਮੋਬਾਈਲ ਫੋਨ ਸਮੇਤ ਗ੍ਰਿਫਤਾਰ ਕੀਤਾ ਹੈ ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਕਾਬੂ ਕੀਤੇ ਨੌਜਵਾਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਰਿਮਾਂਡ ਦੌਰਾਨ ਇਸ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਹਾਂਜੀ ਕੀ ਮਾਮਲਾ ਜਿਹੜਾ ਇੱਕ ਕੱਲ੍ਹ ਸ਼ਾਮੀ ਜੇ ਮਮਤਾ ਪਤਨੀ ਰਾਜੂ ਵਾਸੀ ਸੂਨ ਕਲੋਨੀ ਨੇ ਬਿਆਨ ਲਿਖਾਇਆ ਸੀ ਸਾਨੂੰ ਦਰਾਨੇ ਗਸਤ ਕਿ ਜਿਹੜਾ ਵਾ ਸੰਜੂ ਸਾਨੂੰ ਕੇਵਲ ਕ੍ਰਿਸ਼ਨ ਅਪਲਾਈ ਗੇਟ ਫਵਾੜੇ ਦਾ ਹੈਗਾ ਇਹ ਸਾਡੇ ਕੋਲ ਲੜਕੇ ਕੋਰੇ ਕੋਲ ਰਾਜੇ ਕੋਲ ਮੋਬਾਈਲ ਖੋ ਕੇ ਲੈ ਗਿਆ ਸੀ ਉਹ ਜੋ ਕਿ ਆਈਫੋਨ ਜਿਹੜਾ ਵਾ ਕਾਫੀ ਕੀਮਤੀ ਸੀ ਲੱਖ ਰੁਪਏ ਦਾ ਫੋਨ ਹੈ ਤਾਂ ਕਿਸ਼ਤਾਂ 'ਤੇ ਲੈ ਕੇ ਉਹਨੇ ਦਿੱਤਾ ਹੋਇਆ ਸੀ ਇਹਨੂੰ ਤਾਂ ਏਅਰਪੋਰਟ ਖੋ ਕੇ ਲੈ ਗਿਆ ਜੋ ਇਹਨੂੰ ਥੋੜ੍ਹੀ ਦੇਰ ਬਾਅਦ ਹੀ ਅਸੀਂ ਇਹਨੇ ਬੰਦੇ ਨੂੰ ਕਾਬੂ ਕਰਕੇ ਇੱਕ ਜਿਹੜਾ ਖੋਹ ਸ਼ੁਦਾ ਮੋਬਾਈਲ ਆ ਉਹ ਬਰਾਮਦ ਕਰਦੇ ਅਤੇ ਸਰ ਕਿੱਥੇ ਦੇ ਰਹਿਣ ਵਾਲਾ ਹੈ ਵਿਅਕਤੀ ਇਹ ਫਗਵਾੜੇ ਦਾ ਜੀ ਇੱਥੇ ਲਾਈ ਗੇਟ ਆ ਤਾਂ ਅਜੇ ਹੋਰ ਵੀ ਅਸੀਂ ਅੱਜ ਦਾ ਪੇਸ਼ ਕਰਕੇ ਰਿਮਾਂਡ ਲੈ ਰਹੇ ਹਾਂ ਹੋਰ ਵੀ ਹਜੇ ਸਾਨੂੰ ਕਈ ਖੁਲਾਸੇ ਹੋਣ ਦੀ ਜਿਹੜੀ ਆ ਆਸ ਹੈ